वार्ड नंबर 5 तो कांग्रेस के जेतू उम्मीदवार श्रीमती प्रदीप कौर अपने परिवार नाल डोर टू डोर जाके वोटर का धन्यवाद करते हुए ਅਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ। ਅੱਜ ਅਸੀਂ ਵਾਰਡ ਨੰਬਰ 5 ਤੋਂ ਸ਼੍ਰੀਮਤੀ ਪ੍ਰਦੀਪ ਕੌਰ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਪਹਿਲਾਂ ਵੀ ਕਾਂਗਰਸ ਪਾਰਟੀ ਤੋਂ ਆਪਣੇ ਵਾਰਡ 'ਚ ਜੇਤੂ ਸੀ ਤਾਂ ਹੁਣ ਵੀ ਇਸ ਵਾਰ ਵੋਟਰਾਂ ਨੇ ਉਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਜੇਤੂ ਕਰਾਰ ਦਿੱਤਾ। ਕਿੱਦਾਂ ਫੀਲ ਕਰ ਰਹੇ ਨੇ ਉਹਨਾਂ ਨੂੰ ਪੁੱਛਦੇ ਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੰਨੀ ਵੱਡੀ ਲੀਡ ਨਾਲ ਜਿੱਤਣ ਨਾਲ ਮੈਂ ਬਹੁਤ ਖੁਸ਼ ਹਾਂ ਤੇ ਸਾਰਿਆਂ ਦੀ ਸਪੋਰਟ ਲਈ ਬਹੁਤ ਬਹੁਤ ਧੰਨਵਾਦ। ਅਸੀਂ ਹੁਣ ਉਹਨਾਂ ਦੇ ਹਸਬੰਡ ਆਪਣਾ ਦਲਜੀਤ ਸਿੰਘ ਨਾਲ ਗੱਲ ਕਰਾਂਗੇ ਕੀ ਫੀਲ ਕਰ ਰਹੇ ਨੇ ਕਿ ਉਹਨਾਂ ਦੀ ਧਰਮਪਤਨੀ ਜੀ ਜੇਤੂ ਕਰਾਰ ਹੋਏ ਨੇ ਬਹੁਤ ਵੱਡੀ ਲੀਡ ਨਾਲ ਉਹ ਆਪਣੇ ਵਿਚਾਰ ਦੇਣਗੇ। सब तो पहला मैं वार्ड वासियों का वोटरां सपोर्टरां का बहुत तह दिलों धन्यवाद करदा जिन्होंने सानू मान बख्शिया परिवार को उन्हां दी सेवा करन दा ते अगे हो के काम करन दा इन्ना वड्डा मौका दिता सानू। मैं पूरे वार्ड वासियों का जिन्होंने वोटां पाईआं जिन्होंने वोटां नहीं भी पाईआं उन्हां दा भी बहुत बहुत धन्यवाद।